ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਨੂੰ ਮਹਾਕਾਲ ਮੰਦਿਰ ਦੇ ਲਈ ਜਾਣਿਆ ਜਾਂਦਾ ਹੈ, ਪਰ ਕੀ ਤੁਹਾਨੂੰ ਇਹ ਗੱਲ ਪਤਾ ਹੈ ਕਿ ਸਿੱਖ ਉਜੈਨ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਕਰਨ ਜਾਣਦੇ ਨੇ? ਜੇਕਰ ਨਹੀਂ ਤਾਂ ਦੱਸ ਦਈਏ ਕਿ ਪਹਿਲੇ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਨੂੰ ਉਤਾਰਨ ਦੇ ਲਈ ਵੱਖ ਵੱਖ ਇਲਾਕਿਆਂ ਦੇ ਵਿੱਚ ਉਦਾਸੀ ਤੇ ਗਏ ਸਨ। ਉਸ ਸਮੇਂ ਅਵੰਤੀਪੁਰਾ ਨਾਮ ਦੇ ਸਥਾਨ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ। ਸਿਪਰਾ ਨਦੀ ਗੁਰਦੁਆਰਾ ਸਾਹਿਬ ਦੇ ਪਿੱਛੇ ਵਗਦੀ ਹੈ ਅਤੇ ਇਸ ਨਦੀ ਦੇ ਘਾਟ ਨੂੰ ਸ਼੍ਰੀ ਗੁਰੂ ਨਾਨਕ ਘਾਟ ਕਿਹਾ ਜਾਂਦਾ ਹੈ। ਦੇਸ਼ ਵਿਦੇਸ਼ ਦੇ ਲੋਕਾਂ ਦੀ ਸ਼ਰਧਾ ਇਸ ਸਥਾਨ ਤੇ ਹੈ। ਤਾਂ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਉਜੈਨ ਸ਼ਹਿਰ ਦੇ ਵਿਚਕਾਰੋਂ ਵਹਿਣ ਵਾਲੀ ਸਿਪਰਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਆਉਂਦੀ ਹੈ। ਦੱਸ ਦਈਏ ਕਿ ਜੇਕਰ ਇਤਿਹਾਸਕਾਰਾਂ ਦੀ ਮੰਨੀਏ ਤਾਂ ਉਜੈਨ ਸ਼ਹਿਰ ਦਾ ਪੁਰਾਣਾ ਨਾਮ ਅਵੰਤੀਪੁਰਾ ਸੀ, ਜੋ ਕਿ ਅਵੰਤੀ ਨਦੀ ਦੇ ਕੰਢੇ ਤੇ ਸਥਿਤ, ਪਰ ਅੱਜ ਕੱਲ੍ਹ ਇਸ ਨੂੰ ਸਿਪਰਾ ਨਦੀ ਵੀ ਕਿਹਾ ਜਾਂਦਾ ਹੈ। ਉਸ ਸਮੇਂ ਵੀ ਉਜੈਨ ਵਪਾਰ ਦਾ ਇੱਕ ਮਸ਼ਹੂਰ ਸ਼ਹਿਰ ਸੀ। ਇਸ ਇਲਾਕੇ ਦੇ ਉੱਪਰ ਕਿਸੇ ਸਮੇਂ ਪ੍ਰਸਿੱਧ ਰਾਜਾ ਵਿਕਰਮਾਦਿੱਤ ਦਾ ਰਾਜ ਸੀ। ਇੱਥੇ ਹੀ ਰਾਜਾ ਭਰਥਰੀ, ਜੋ ਰਾਜ ਛੱਡ ਕੇ ਯੋਗੀ ਬਣ ਕੇ ਸੱਚੇ ਮਾਰਗ ਦੀ ਖੋਜ ਲਈ ਨਿਕਲੇ ਸਨ, ਉਹਨਾਂ ਦੀ ਮੁਲਾਕਾਤ ਜਦੋਂ ਸ਼੍ਰੀ ਗੁਰੂ ਸਾਹਿਬ ਦੇ ਨਾਲ ਹੋਈ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕੀਤਾ, ਜਿਸ ਨੂੰ ਸੁਣ ਕੇ ਰਾਜਾ ਭਰਥਰੀ ਬਹੁਤ ਹੀ ਪ੍ਰਭਾਵਿਤ ਹੋਏ ਸੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ 3 ਦਿਨ ਠਹਿਰ ਕੇ ਬਾਦਸ਼ਾਹ ਅਤੇ ਸਾਥੀਆਂ ਨੂੰ ਸੱਚ ਦੇ ਮਾਰਗ ਦਾ ਪ੍ਰਚਾਰ ਕੀਤਾ ਸੀਗਾ। ਤੇ ਤੁਹਾਨੂੰ ਵੀ ਉਜੈਨ ਦੇ ਜਿਸਨੂੰ ਮਹਾਕਾਲ ਮੰਦਿਰ ਦੇ ਲਈ ਜਾਣਿਆ ਜਾਂਦਾ ਹੈ, ਤੇ ਅੱਜ ਤੁਹਾਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਨੂੰ ਤਰਨ ਤਾਰਨ ਦੇ ਲਈ ਕੀਤੀ ਸੀਗੀ, ਉਹਨਾਂ ਦੇ ਦਰਸ਼ਨ ਕਰਾਉਂਦੇ ਹਾਂ। ਬਾਬਾ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਸਰਦਾਰ। ਬਾਬਾ ਜੀ, ਗੁਰੂ ਨਾਨਕ ਘਾਟ ਗੁਰਦੁਆਰਾ ਸਾਹਿਬ ਹੈ ਜਿਸ ਬਾਰੇ ਸਿੱਖ ਇਤਿਹਾਸ ਹੈ, ਇੱਕ ਵੱਡਾ ਇਤਿਹਾਸ ਹੈਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਜਿਹੜੇ ਪਹਿਲੇ ਗੁਰੂ ਸੀਗੇ ਉਹ ਇੱਥੇ ਆਏ ਸੀ, ਅਤੇ ਇਸ ਇਤਿਹਾਸ ਬਾਰੇ ਦੱਸੋ। ਗੁਰੂ ਨਾਨਕ ਸਾਹਿਬ ਜੀ ਨਾਲ ਐਸੇ ਗੁਰੂ ਹੋਏ ਨੇ ਯਾਤਰਾ ਕਰਕੇ ਨਾ ਦੁਨੀਆਂ ਦੇ ਚਾਰ ਪਾਸੇ ਨਿਕਲੇ। ਉਹਨਾਂ ਨੂੰ ਯਾਤਰਾ ਨੂੰ ਕਿਹਾ ਜਾਂਦਾ ਉਦਾਸੀਆਂ। ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ, ਮਰਦਾਨਾ ਜੀ, ਭਾਈ ਬਾਲਾ ਜੀ ਉਹਨਾਂ ਨਾਲ ਪਹਿਲੀ ਉਦਾਸੀ ਅਤੇ ਦੂਜੀ ਉਦਾਸੀ ਦੇ ਬਾਰੇ ਇੱਥੇ ਪਹੁੰਚੇ ਨਾ। ਉਹਦੇ ਇੱਥੇ ਰਾਜ ਕਰਦਾ ਸੀ ਰਾਜਾ ਬਿਕਰਮਾਦਿੱਤ ਦਾ, ਅਤੇ ਭਗੇਰ ਵਜੋਂ ਰਾਜ ਜੋੜੀ ਬਾਅਦ 'ਚ ਬਣ ਗਿਆ ਉਹਨਾਂ ਦੇ ਰਾਜ। ਉਸਨੇ ਜੋ ਹੈ ਇਹਨਾਂ ਵੈਰਾਗੀ ਹੋ ਗਿਆ, ਇਹਨਾਂ ਛੱਡਤਾ। ਅਤੇ ਇੱਕ ਸਾਡੇ ਮਨ ਦੀ ਭਾਵਨਾ ਹੈ, ਕਿਹੜਾ ਬੰਦਾ ਮਨ ਸੋਚੇ ਨਾ, ਗੁਰੂ ਨੂੰ ਯਾਦ ਕਰੇ ਨਾ, ਅਤੇ ਗੁਰੂ ਸਾਹਿਬ ਉੱਥੇ ਆਪੇ ਪਹੁੰਚ ਜਾਂਦੇ। ਸੋ ਉਹਨਾਂ ਨੂੰ ਤਾਰਨ ਵਾਸਤੇ ਮਹਾਰਾਜ ਜੀ ਆਪਣੇ ਆਪ ਇਸ ਸਥਾਨ 'ਤੇ ਪਹੁੰਚ ਗਏ। ਉਸ ਯਾਤਰਾਵਾਂ ਨੂੰ ਮਹਾਰਾਜ ਇੱਥੇ ਪਹੁੰਚ ਕੇ ਉਹਨੇ ਦੇਖਿਆ ਬੜਾ ਸੋਹਣਾ ਜੰਗਲ ਹੈ, ਬੜੀ ਸੋਹਣੀ ਨਦੀਆਂ ਨਾਲ ਵਾਪਰੀ। ਮਹਾਰਾਜ ਹਮੇਸ਼ਾ ਹੀ ਉਹ ਸਥਾਨ 'ਚ ਹੁੰਦੇ ਸੀ ਜਿੱਥੇ ਜੋ ਹੈ ਪਾਣੀ ਕੁਦਰਤ ਦੇ ਸੋਹਣੇ ਹੁੰਦੇ ਸਨ, ਜਿੱਥੇ ਉੱਥੇ ਮਹਾਰਾਜ ਜੀ ਨੇ ਆਪਣਾ ਆਸਣ ਆ, ਕਿਉਂਕਿ ਮਹਾਰਾਜ ਦਾ ਸੁਭਾਅ ਸੀ ਉਹਨਾਂ ਨੇ ਰਮਣੀਕ ਸਥਾਨ ਬਹਿ ਕੇ ਨਾ ਉਸ ਪਰਮੇਸ਼ਰ ਦੀ ਉਸਤ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੇ ਕਹਿੰਦੇ ਵੀ ਭਾਈ ਮਰਦਾਨਿਆ ਰਵਾਬ ਵਜਾ ਬਾਣੀ ਆਈ ਹੈ, ਉਹਨਾਂ ਨੂੰ ਇਲਹਾਮ ਹੁੰਦਾ, ਇਲਹਾਮ ਦਾ ਮਤਲਬ ਹੈਗਾ ਜਿਸ ਤਰ੍ਹਾਂ ਤੁਸੀਂ ਮੀਡੀਆ ਰਾਹੀਂ ਲੋਕਾਂ ਨੂੰ ਦੱਸਦੇ ਹੋ ਨਾ, ਘਰ ਬੈਠੇ ਸਾਡੀ ਫੋਟੋ ਪਹੁੰਚ ਜਾਂਦੀ ਹੈ ਨਾ। ਉਦੋਂ ਹੈ ਕਿ ਮਹਾਰਾਜ ਜੀ ਨੂੰ ਬਾਣੀ ਸੁਣਦੇ ਸੀ, ਬਾਬਾ ਜੀ ਉਸ ਨੂੰ ਗਾਇਨ ਕਰਦੇ ਸਨ,
ਉਹ ਬਾਣੀ ਗਾਇਨ ਕਰਦੇ ਸਨ ਮਰਦਾਨਾ ਜੀ ਰਬਾਬ ਜਾਂਦੇ ਸਨ ਮਾਰੇ ਵੀ ਇਸ ਸਥਾਨ 'ਤੇ ਬੈਠ ਕੇ ਜੀ ਗੱਲ ਕੀਤੀ ਜਾਵੇ ਬਾਬਾ ਜੀ ਜਿਹੜਾ ਇੱਥੇ ਦਾ ਰਾਜਾ ਸੀ ਭੱਖਰੀ ਜਿਹਨੇ ਬਾਬਾ ਜੀ ਨੂੰ ਮਿਲਿਆ ਸੀਗਾ ਗੁਰੂ ਮਹਾਰਾਜ ਨੂੰ ਮਿਲਣ ਆਇਆ ਉਹਦੇ ਬਾਅਦ ਉਹਨੇ ਰਾਜਪਾਟ 'ਤੇ ਆਗਤਾ ਦਾਸ ਬਣਨ ਲੱਗ ਗਿਆ ਉਹਨਾਂ ਦਾ ਔਰ ਜਿਹੜੀ ਉਹਨਾਂ ਨੂੰ ਸੱਚ ਦੇ ਰਾਹ 'ਤੇ ਚਲਾਉਣ ਦਾ ਜਿਹੜਾ ਕਿਹਾ ਸੀਗਾ ਉਸ ਰਾਹ 'ਤੇ ਚੱਲ ਪਿਆ ਉਹ ਕੀ ਇਤਿਹਾਸ ਉਹ ਇੱਦਾਂ ਨਾ ਜੀ ਦੇਖੋ ਉਹਦੇ ਕੋਲ ਇਹੋ ਜਿਹਾ ਹੋ ਗਿਆ ਸੀ ਉਹਦਾ ਮਨ ਵਿਰਾਗੀ ਹੋ ਗਿਆ ਉਹਦੇ ਬਾਰੇ ਉਹਨੇ ਮਹਾਰਾਜ ਨੂੰ ਪੁੱਛਿਆ ਅਤੇ ਮਹਾਰਾਜ ਨੂੰ ਉਹਨੇ ਐਸਾ ਉਤੇਜ ਦਿੱਤਾ ਉਹਦਾ ਮੁੜ ਕੇ ਨਾ ਉਹਨੇ ਆਪਣੇ ਰਾਜ ਤੈਨੂੰ ਦਿੱਲੀ ਨਹੀਂ ਕੀਤਾ ਉਹ ਜੋਗੀ ਬਣ ਗਿਆ ਜੋਗੀ ਬਣ ਗਿਆ ਮੁੜ ਕੇ ਰਾਜ ਜੋਗੀ ਤੇ ਕਰੋ ਕਿਤਾਬ ਮਿਲਿਆ ਇੱਥੇ ਗੁਫਾ ਬਣਾ ਲਈ ਗੁਫਾ ਹੀ ਬਣਾ ਕੇ ਉਹਨੇ ਇੱਥੇ ਕਹਿੰਦਾ ਦੇਸ਼ ਵਿਦੇਸ਼ ਤੁਸੀਂ ਵੀ ਸ਼ੱਕ ਜਾਓ ਉਹ ਗੁਫਾ ਨੇ ਬੜੀਆਂ ਡੂੰਘੀਆਂ ਨੇ ਉੱਥੇ ਜੋ ਬੈਠ ਕੇ ਨਾ ਉਸਨੇ ਕੰਮ ਕੀਤਾ ਹੋਰ ਪ੍ਰਭੂ ਨਾਲ ਮਿਲਣ ਦੀ ਕੋਸ਼ਿਸ਼ ਉਸਦਾ ਉਦੇਸ਼ ਦੇ ਅਨੁਸਾਰ ਨਾ ਉਹਦਾ ਮਨ ਇੰਨਾ ਵਿਰਾਗੀ ਹੋ ਗਿਆ ਨਾ ਉਹ ਪੂਰਾ ਸਾਧ ਬਣ ਗਿਆ ਸਾਧ ਬਣ ਦਾ ਮਤਲਬ ਹੁੰਦਾ ਹੈ ਕਿ ਦੁਨੀਆਂ ਨਾਲ ਕੋਈ ਰਾਹ ਨਹੀਂ ਰੱਖੀ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਧਰਮ ਛੱਡ ਦੇ ਗੁਰੂ ਨਾਨਕ ਸਾਹਿਬ ਐਸੇ ਕਹਿੰਦੇ ਤੂੰ ਕਿਰਤ ਕਰ ਨਾਮ ਜਪ ਕਿਉਂਕਿ ਮਹਾਰਾਜ ਨੇ ਆਪਣੇ ਹੱਥੀਂ ਖੇਤੀ ਕੀਤੀ ਕਰਤਾਰਪੁਰ ਸਾਹਿਬ ਅਸੀਂ ਗੁਰੂ ਸਾਹਿਬ ਆਪ ਖੇਤੀ ਕਰਦੇ ਨੇ ਉਹ ਸਾਨੂੰ ਵੀ ਜੋ ਇਹ ਉਪਦੇਸ਼ ਦਿੱਤਾ ਹੈ ਕਿ ਕੋਈ ਵੀ ਸਿੱਖ ਹੈਗਾ ਵਾ ਉਸਨੂੰ ਜੋ ਹੈ ਗ੍ਰਿਸ਼ਤੇ ਬਣਨਾ ਹੈ ਗ੍ਰਿਸ਼ਤੇ ਬਣਦਾ ਕਿ ਉਹ ਵਿਆਹ ਵੀ ਕਰੇ ਆਪਣੇ ਪਰਿਵਾਰ 'ਚ ਰਵੇ ਅਤੇ ਜੰਗਲਾਂ 'ਚ ਜਾਣ ਦੀ ਲੋੜ ਕੋਈ ਨਹੀਂ ਹੈਗੀ ਘਰ ਹੀ ਬੈਠ ਕੇ ਨਾਮ ਜਪ ਸਕਦੇ ਉਹ ਐਸਾ ਉਪਦੇਸ਼ ਦਿੱਤਾ ਕਿ ਸਾਨੂੰ ਗ੍ਰਿਸ਼ਤੇ ਹੋਣਾ ਲਾਜ਼ਮੀ ਮਤਲਬ 3 ਦਿਨ ਜਿਹੜੇ ਇਮਲੀ ਦੇ ਬੂਟੇ ਥੱਲੇ ਰਹੇ ਨੇ ਗੁਰਦੁਆਰਾ ਸਾਹਿਬ 3 ਦਿਨ ਵਾਸਤੇ ਇਹ ਕੋਈ ਸਪੈਸ਼ਲ ਨਹੀਂ ਕਿਹਾ ਜਾ ਸਕਦਾ ਇਹ ਅੰਦਾਜ਼ਾ ਹੈ ਪਰ ਇਤਿਹਾਸ ਲਿਖਿਆ ਹੋਇਆ ਇੱਥੇ ਕੀ ਸਭ ਕੇ ਲਿਖਿਆ ਪਰ ਇਹ ਕਈ ਇਤਿਹਾਸ ਬਣ ਜਾਂਦੇ ਆ ਨਾ ਬਾਬਾ ਜੀ 3 ਦਿਨ ਤਾਂ ਬਹਿੰਦੇ ਨਹੀਂ ਸਨ ਉਹਦੇ ਸੰਬੰਧ ਹੀ ਨਹੀਂ ਸੀ ਬੋਲਦੇ ਕਿੰਨੇ ਕਿੰਨੇ ਇਹ ਨਹੀਂ ਪਤਾ ਵੀ ਉਹ ਆਪ ਹੀ ਜਾਣੇ ਜਾਣ ਉਹਦੇ ਗੁਰੂ ਹੀ ਜਾਣਦੇ ਸਨ ਜਿੱਥੇ ਬਹਿ ਜਾਂਦੇ ਸਨ ਉੱਥੋਂ ਮੁੜ ਕੇ ਛੇਤੀ ਉੱਠਦੇ ਨਹੀਂ ਸਨ ਹੈਗੇ ਕਿਉਂ ਉਹ ਪ੍ਰਭੂ ਨਾਲ ਲੀਨ ਹੋ ਜਾਂਦੇ ਸਨ ਮੈਂ ਆਪਣੀ ਛੋਟੀ ਜਿਹੀ ਸਾ ਕੇ ਸੁਣਾਉਣਾ ਕਿ ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤਸਰ ਧਰਤੀ ਤੇ ਗਏ ਕੌਣ ਬਾਬਾ ਨਾਨਕ ਜੀ ਗਏ ਬਾਬਾ ਨਾਨਕ ਜੀ ਅੰਮ੍ਰਿਤਸਰ ਧਰਤੀ ਗਏ ਨਾ ਉੱਥੇ ਜਿਵੇਂ ਕਿਹਾ ਵੀ ਤੂੰ ਰਬਾਬ ਜਾ ਉਹ ਦੁੱਖ ਪੈਣੇ ਆ ਮੇਰੇ ਜਿਹੜਾ ਜਗ੍ਹਾ 'ਤੇ ਨਾ ਮਹਾਰਾਜ ਬੈਠ ਗਏ ਫਿਰ ਮਰਦਾਨਾ ਕੀ ਦੇਖਦਾ ਅੱਖਾਂ ਖੋਲ ਲਾ ਕੇ ਗੁਰੂ ਸਾਹਿਬ ਉੱਥੇ ਹੈ ਹੀ ਨਹੀਂ ਮਹਾਰਾਜ ਜੀ ਨਾ ਪਤਾ ਨਹੀਂ ਅਲੋਪ ਹੋ ਗਏ ਅਤੇ ਮਰਦਾਨਾ ਜੀ ਨੇ ਕੀਰਤਨ ਬੰਦ ਨਹੀਂ ਕੀਤਾ ਜਾਰੀ ਰੱਖਿਆ ਉਹ ਕੀਰਤਨ ਜਾਰੀ ਰਿਹਾ ਨਾ ਮੁੜ ਕੇ ਫਿਰ ਅੱਖਾਂ ਖੋਲ ਕੇ ਦੇਖਦਾ ਕਿ ਗੁਰੂ ਸਾਹਿਬ ਬੈਠੇ ਉਹਨੂੰ ਕੀ ਦਿਖਦਾ ਕਿ ਬੜੀਆਂ ਜਲਦੀਆਂ ਨਹਿਰਾਂ ਇੱਧਰ ਉੱਧਰ ਜਾ ਰਹੀਆਂ ਅਤੇ ਕਹਿੰਦੇ ਵੀ ਗੁਰੂ ਸਾਹਿਬ ਮਰਦਾਨੇ ਨੂੰ ਭਰਾ ਵਾਲਾ ਮੈਂ ਕਹਿੰਦੇ ਮਰਦਾਨੇ ਕੋਈ ਵੇਖਿਆ ਕਹਿੰਦੇ ਮਹਾਰਾਜ ਮੈਂ ਜਲ ਵੇਖਿਆ ਨਹਿਰਾਂ ਇੱਧਰੋਂ ਇੱਧਰ ਆਉਂਦੀਆਂ ਜਾਂਦੀਆਂ ਅਤੇ ਉਹ ਕਹਿੰਦੇ ਆ ਜੀ ਜਿਹੜਾ ਮਰਦਾਨੇ ਨੂੰ ਦੱਸਿਆ ਵੀ ਇੱਥੇ ਇੱਕ ਜਿਹੜਾ ਐਸਾ ਸਰੋਵਰ ਪ੍ਰਗਟ ਹੋਏਗਾ ਜਿਹਦੇ ਕੁੱਲ ਦੁਨੀਆਂ ਦੇ ਲੋਕ ਆਉਣਗੇ ਫਿਰ ਬਾਬਾ ਨਾਨਕ ਜੀ ਨੇ ਉੱਥੋਂ ਕੜਾਹੀ ਮੰਗਵਾ ਕੇ ਜਿਹੜਾ ਪ੍ਰਸ਼ਾਦ ਅਸੀਂ ਖਾਂਦੇ ਆ ਨਾ ਪਹਿਲੀ ਵਾਰੀ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਉਸ ਜਗ੍ਹਾ 'ਤੇ ਤਿਆਰ ਕਰਕੇ ਉਹ ਮਰਦਾਨਾ ਜੀ ਨੇ ਛਕਾਇਆ ਕਿੱਥੇ ਭਲਾ ਅੰਮ੍ਰਿਤਸਰ ਵਿਖੇ ਤੋ ਗੁਰੂ ਨਾਨਕ ਸਾਹਿਬ ਚੋਜ ਕਰਦੇ ਸਨ ਉਹ ਬੜੇ ਚੋਜੀ ਸਨ ਇੱਥੇ ਤਾਂ ਬਾਬਾ ਜੀ ਆ ਕੇ ਬੈਠੇ ਆ ਜੀ ਪਰ ਆਪਾਂ 3 ਦਿਨ ਦੀ ਗੱਲ ਲੈ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿਵੇਂ ਹੋਈ ਸਥਾਪਨਾ ਇਸ ਤਰ੍ਹਾਂ ਜਿੱਥੇ ਦੇਖੋ ਜਿੱਥੇ 12 ਬਹਿੰਦੇ ਆ ਨਾ ਬਾਣੀ 'ਚ ਲਿਖਿਆ ਜਿੱਥੇ ਜਾਏ ਮੇਰੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਤੋ ਮਹਾਰਾਜ ਜਿੱਥੇ ਬੈਠਦੇ ਉੱਥੇ ਭਾਗ ਲੱਗ ਜੰਗਲ 'ਚ ਭਾਗ ਲੱਗ ਜਾਂਦਾ ਮਹਾਰਾਜ ਦੇ ਇੱਕ ਕੁਦਰਤ ਵੱਲੋਂ ਹੀ ਬਖਸ਼ਿਸ਼ ਸੀ ਮਹਾਰਾਜ ਦੇ ਜਿੱਥੇ ਬੈਠਦੇ ਸਨ ਉੱਥੇ ਉਹਨਾਂ ਦੇ ਯਾਦਗਾਰ ਬਣ ਜਾਂਦੇ ਸੀ ਸੰਗਤਾਂ ਹੀ ਬਣਾ ਦਿੰਦੀਆਂ ਸਨ ਉਹਦੇ ਬਾਰੇ ਜਾਣਕਾਰੀ ਕਿਤੇ ਲਿਖੀ ਨਹੀਂ ਹੋਈ ਕਿਤੇ ਬਣੀ ਨਹੀਂ ਹੋਈ ਪਰ ਜਿੱਥੇ ਮਹਾਰਾਜ ਗਏ ਨੇ ਜਿੱਥੇ ਉਹਨਾਂ ਦਾਤਣ ਕੱਢੇ ਗੁਰਦੁਆਰਾ ਦਾਤਣ ਸਾਹਿਬ ਬਣ ਗਿਆ ਜਿੱਥੇ ਬਾਬਾ ਜੀ ਵੇਹਣੇ ਜੀ ਗਏ ਤੇ ਗੁਰਦੁਆਰਾ ਸੰਤ ਘਾਟ ਬਣ ਗਿਆ ਤੋ ਮਹਾਰਾਜ ਜਿੱਥੇ ਬੈਠਦੇ ਨੇ ਗੁਰਦੁਆਰਾ ਜੋ ਸੰਗਤਾਂ ਬਣਾ ਦਿੰਦੀਆਂ ਸਨ ਉਹਦਾ ਪਿਆਰ ਬੜਾ ਸੀ ਪਰ ਜੇ ਗੱਲ ਕੀਤੀ ਜਾਵੇ ਹੁਣ ਗੁਰਦੁਆਰਾ ਘਾਟ ਗੁਰਦੁਆਰਾ ਸਾਹਿਬ ਚਲਾ ਜਾਂਦਾ ਹੈ ਖਾਸ ਕਰ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਦੇਸ਼ ਵਿਦੇਸ਼ 'ਚ ਪੰਜਾਬੀ ਵੱਸਦੇ ਨੇ ਉਹਨਾਂ ਦਾ ਹਜੇ ਰੁਝਾਨ ਘੱਟ ਹੈ ਅਤੇ ਦੂਸਰੇ ਸੂਬਿਆਂ 'ਤੇ ਲੋਕ ਜ਼ਿਆਦਾ ਆਉਂਦੇ ਨੇ ਨਹੀਂ
ਇਹਦੇ ਬਾਰੇ ਕੰਪੈਰੀਜ਼ਨ ਨਹੀਂ ਕਰ ਸਕਦੇ। ਸੂਬੇ ਸਾਰਿਆਂ ਤੋਂ ਆਉਂਦੇ ਨੇ, ਪਰ ਪੰਜਾਬ ਨੂੰ ਅਸੀਂ ਤਾਂ ਕਹਿ ਰਹੇ ਕਿ ਗੁਰੂ ਨਾਨਕ ਜੀ ਜਿਹੜੇ ਨਾ ਪੰਜਾਬੀਆਂ ਨਾਲ ਨਹੀਂ। ਮੈਂ ਕਿਹਾ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ, ਮੈਂ ਇਹ ਚੀਜ਼ ਦਾ ਕਹਿੰਦਾ ਕਿ ਗੁਰੂ ਨਾਨਕ ਸੀ ਜਗਤ ਗੁਰੂ, ਜਗਤ ਗੁਰੂ ਹੁੰਦਾ ਜਿਹੜਾ ਸਾਰਿਆਂ ਨੂੰ ਗੁਰੂ। ਇਸ ਕਰਕੇ ਮੇਰੀ ਗੱਲ ਸੁਣੋ, ਪੰਜਾਬ ਦੇ ਲੋਕ ਇਸ ਕਰਕੇ ਘੱਟ ਆਉਂਦੇ ਹਨ ਕਿ ਉੱਥੇ ਆਲਰੇਡੀ ਬਹੁਤ ਗੁਰਦੁਆਰੇ ਨੇ, ਹਰ ਜਗ੍ਹਾ ਜਾਂਦੇ ਨੇ, ਪਰ ਇੱਥੇ ਸਹੂਲਤਾਂ ਦੀ ਘਾਟ ਸੀ। ਅਤੇ ਲੋਕ ਕਹਿੰਦੇ ਕਿੱਥੇ ਜਾਵਾਂਗੇ, ਕਿੱਥੇ ਠਹਿਰਾਂਗੇ, ਲੋਕ ਹੋਟਲਾਂ ਠਹਿਰਨਾ ਪਸੰਦ ਨਹੀਂ ਨਾ ਕਰਦੇ। ਜਦੋਂ ਭੂਰੇ ਵਾਲੇ ਬਾਬਾ ਜੀ ਦੇ ਗੁਰੂ ਦੀ ਕਿਰਪਾ ਆਈ, ਇੱਥੇ ਸਾਹਮਣੇ ਵੇਖੋ ਸੁੰਦਰ ਰਿਹਾ ਸੀ, ਜਿਹੜਾ ਕਿ ਉਦਘਾਟਨ ਕੀਤਾ ਗਿਆ ਇਹ 2024 ਨੂੰ ਚਾਲੂ ਹੋਈ ਜਾਂਦੀ ਕਿਲ੍ਹਾ। ਉਸ ਤੋਂ ਬਾਅਦ ਹੁਣ ਸੰਗਤਾਂ ਰੁਝਾਨ ਬੜਾ ਵੱਧ ਗਿਆ ਇਹਦੇ ਨਾਲ ਹੀ। ਦੂਜੇ ਸੱਜੇ ਹੱਥ ਵੇਖੋ ਇੱਥੇ ਇੱਕ ਨਵੀਂ ਇਮਾਰਤ ਹੁਣ ਬਣਾ ਰਹੇ ਨੇ ਬਾਬਾ ਜੀ, ਉਹ ਵੀ ਛੇਤੀ ਤਿਆਰ ਹੋ ਕੇ ਸੰਗਤਾਂ ਨੂੰ ਦੇ ਦਿੱਤੀ। ਸੰਗਤਾਂ ਨੂੰ ਮੈਂ ਅਪੀਲ ਕਰਾਂਗਾ ਜੀ, ਜਿੱਦਾਂ ਧਾਰਮਿਕ ਸਥਾਨ ਹੈ, ਅਸੀਂ ਵੇਖੋ ਪਾਸਪੋਰਟ ਲੈਂਦੇ ਹਾਂ, ਵੀਜ਼ਾ ਲਵਾਉਂਦੇ ਹਾਂ, ਰੋਜ਼ ਅਸੀਂ ਕਰਤਾਰਪੁਰ ਜਾਣਾ ਹੈ, ਜਿੱਥੇ ਸਵੇਰੇ ਜਾਓ ਸ਼ਾਮੀ ਵਾਪਸ, ਇੰਨੀ ਮਿਹਨਤ ਨਾਲ ਜਾਣਾ ਪੈਂਦਾ ਹੈ, ਜਿੱਥੇ ਅਸੀਂ ਰਮਾਨ ਨਾਲ ਜਾ ਸਕਦੇ ਹਾਂ, ਸਾਡਾ ਘਾਟ ਹੈਗੀ ਉੱਧਰ ਧਿਆਨ ਹੀ ਨਹੀਂ ਕਰਦੇ, ਅਤੇ ਉਹਦੇ ਸਾਡਾ ਅਸੀਂ ਕਹਾਂਗੇ ਭੁਲੇਖੇ ਜੀ ਉੱਧਰ ਤੁਰੇ ਫਿਰਦੇ ਹਾਂ। ਇੱਥੇ ਆਓ, ਐਡਾ ਸਥਾਨ, ਵਧੀਆ ਸਥਾਨ ਹੈ, ਇੱਥੇ ਤੁਹਾਨੂੰ ਕੋਈ ਘਾਟ ਨਹੀਂ ਕਿਸੇ ਗੱਲ ਦੀ। ਬਾਬੇ ਤੁਹਾਡੀਆਂ ਮੁਰਾਦਾਂ ਪੂਰੀਆਂ ਕਰਨ, ਝੋਲੀਆਂ ਭਰਨਗੇ, ਜ਼ਰੂਰ ਭਰਨਗੇ, ਔਰ ਸਿਰਫ ਹੈਗਾ ਕਿ ਤੁਹਾਡੀ ਜਿਹੜਾ ਮੀਡੀਆ ਨਾ ਇਹਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ, ਤੁਹਾਡੇ ਪ੍ਰਚਾਰ ਨਾਲ ਆਸ ਕੀਤੀ ਜਾ ਸਕਦੀ ਹੈ। ਆਉਣ ਵਾਲੇ ਸਮੇਂ 'ਚ ਬੇਅੰਤ ਸੰਗਤਾਂ ਇੱਥੇ ਪਹੁੰਚਣਗੀਆਂ, ਅੱਗੇ ਤਾਂ ਗੁਰਪੁਰਬ ਪਹੁੰਚਦੀਆਂ ਨਾ, ਹੁਣ ਜੋ ਹੋਇਆ ਸਦਾ ਹੀ ਇੱਥੇ ਆਉਂਦੀਆਂ ਰਹਿਣਗੀਆਂ ਅਤੇ ਸਭ ਨੂੰ ਮਹਾਰਾਜ ਜੀ ਬਖਸ਼ਿਆ ਕਰਨਗੇ। ਵੀ ਤੁਹਾਡੇ ਸਮੇਤ ਮੈਂ ਅਰਦਾਸ ਕਰਦਾ ਹਾਂ ਕਿ ਮਹਾਰਾਜ ਜੀ ਇਸ ਗੱਲ ਨੂੰ ਭਲੇ ਬੂਤ ਕਰਨ, ਸੰਗਤਾਂ ਨੂੰ ਜਦੋਂ ਅਰਦਾਸ ਕਰਦੇ ਨੇ, ਸੇਵਾਵਾਂ ਕਰਦੇ ਨੇ। ਦੇਖੋ ਐਸੇ ਗੱਲ ਦੇਖ ਸਕਦੇ ਹੋ, ਲੋਹ ਲੰਗਰ ਚੱਲ ਰਿਹਾ ਹੈ, ਬੀਬੀਆਂ ਆਪਣੇ ਘਰਾਂ 'ਚੋਂ ਆ ਕੇ ਅੰਦਰ ਪ੍ਰਸ਼ਾਦੇ ਬਣਾ ਰਹੀਆਂ ਹਨ, ਭਾਂਡਿਆਂ 'ਚ ਸੇਵਾ ਕੀਤੀ ਜਾ ਰਹੀ ਹੈ, ਉਹ ਸਾਰਿਆਂ ਨੂੰ ਬੜੇ ਜੀਆ ਢੰਗ ਨਾਲ ਕਹਿ ਕੇ ਬਿਠਾ ਕੇ, ਜਿਸ ਤਰ੍ਹਾਂ ਘਰ ਦੇ ਵਿੱਚ ਪ੍ਰਾਹੁਣਾ ਆ ਜਾਂਦਾ ਹੈ ਨਾ, ਜਿਸ ਤਰ੍ਹਾਂ ਅਸੀਂ ਆਪਣੇ ਜਵਾਈ ਦੀ ਸੇਵਾ ਕਰਦੇ ਹਾਂ ਨਾ, ਉਸੇ ਤਰ੍ਹਾਂ ਸੰਗਤ ਨੂੰ ਗੁਰੂ ਦਾ ਰੂਪ ਸਮਝ ਕੇ ਸੰਗਤਾਂ ਉਹਨਾਂ ਦੀਆਂ ਜੂਠੀਆਂ ਥਾਰੀਆਂ ਵੀ ਚੱਕਦੇ ਹਨ, ਬੈਠਿਆਂ ਨੂੰ ਲੋੜ ਅਨੁਸਾਰ ਪ੍ਰਸ਼ਾਦਾ ਦਿੰਦੇ ਹਨ। ਪ੍ਰਸ਼ਾਦਾ ਕੁਛ ਹੁੰਦੀ ਗਰਮ ਗਰਮ ਪ੍ਰਸ਼ਾਦਾ ਛਕਾਇਆ ਜਾਵੇ, ਇਹ ਬਰਕਤ ਸਾਰੇ ਗੁਰੂ ਨਾਨਕ ਦੀ ਹੈ, ਕਿਉਂਕਿ ਗੁਰੂ ਨਾਨਕ ਜੀ ਦੇ ਵੇਲੇ ਜੋ ਹੈ ਮਹਾਰਾਜ ਨੇ ਲੰਗਰ ਪ੍ਰਥਾ ਸ਼ੁਰੂ ਹੋਈ ਸੀ, ਉਸ ਤੋਂ ਪਹਿਲਾਂ ਦੁਨੀਆਂ 'ਚ ਲੰਗਰ ਦਾ ਨਿਸ਼ਾਨ ਨਹੀਂ ਸੀ ਹੈਗਾ। ਮਹਾਰਾਜ ਐਸਾ ਲੰਗਰ ਚਲਾ ਗਿਆ ਨਾ, ਭਾਵੇਂ ਦੇਸ਼ 'ਚ ਬੈਠੋ ਭਾਵੇਂ ਵਿਦੇਸ਼ 'ਚ ਬੈਠੋ, ਜਿੱਥੇ ਨਿਸ਼ਾਨ ਸਾਹਿਬ ਲੱਗਾ, ਜਿੱਥੇ ਬਾਬਾ ਨਾਨਕ ਜੀ ਬੈਠੇ ਹਨ, ਅੱਜ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਰੂਪ 'ਚ ਹੈਗਾ। ਕਿਉਂ? ਪਹਿਲਾਂ ਨਾਨਕ ਜੀ ਆਪ ਸਾਨੂੰ, ਉਹ ਸਾਨੂੰ ਮਾਰਗ ਦੱਸ ਕੇ, ਉਹ ਮਾਰਗ 'ਤੇ ਚੱਲਦੇ ਹਾਂ, ਅੱਜ ਅਸੀਂ ਬੜੇ ਦੂਰ ਪਹੁੰਚ ਗਏ ਹਾਂ, ਹੋਰ ਅੱਗੇ ਅਸੀਂ ਤਰੱਕੀ ਵੀ ਲੈ ਰਹੇ ਹਾਂ। ਬਾਬਾ ਜੀ 12 ਸਾਲ ਤੋਂ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਅੰਮ੍ਰਿਤਸਰ ਭੂਰੀ ਵਾਲੇ ਵੱਲੋਂ ਸੰਤਾਂ ਵੱਲੋਂ ਜੀ, ਤੁਸੀਂ ਜਿਹੜਾ ਉਹਨਾਂ ਵੱਲੋਂ ਇੱਥੇ ਕਾਰ ਸੇਵਾ ਦੇਖ ਰਹੇ ਹੋ, ਸਾਰੀ ਦੇਖ ਰਹੇ, ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ, ਅਤੇ ਕਿਵੇਂ ਦੇਖ ਰਹੇ ਹੋ? ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਪਹਿਲਾਂ ਪ੍ਰਚਾਰ ਇੰਨਾ ਨਹੀਂ ਸੀ, ਲੇਕਿਨ ਹੁਣ ਲੋਕ ਆ ਰਹੇ ਨੇ, ਅਜੇ ਵੀ ਲੱਗ ਰਿਹਾ ਕਿ ਗਿਣਤੀ ਵਧੀ ਹੈ ਕਿ ਨਹੀਂ? ਗਿਣਤੀ ਤਾਂ ਅੱਗੇ ਨਾਲ ਬਹੁਤ ਜ਼ਿਆਦਾ ਵਧੀ ਹੈ ਜੀ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ, ਆਵੇ ਸੰਤਾਂ ਕਾਫੀ ਆ ਰਹੀਆਂ ਨੇ ਜੀ, ਲੰਗਰ ਪਾਣੀ ਦਾ ਪ੍ਰਬੰਧ ਵੀ ਚੱਲ ਰਿਹਾ ਹੈ, ਅਤੇ ਗੁਰੂ ਦੀਆਂ ਮਾਤਾਂ ਦੀ ਸੇਵਾਵਾਂ ਵੀ ਚੱਲ ਰਹੀਆਂ ਨੇ, ਕੁਛ ਬਣ ਚੁੱਕਾ ਹੈ, ਕੁਛ ਤਿਆਰੀ ਹੋ ਰਹੀ ਹੈ, ਗੁਰੂ ਮਹਾਰਾਜ ਕਿਰਪਾ ਕਰਨ, ਜਿਸ ਤਰ੍ਹਾਂ ਵੀ ਸੇਵਾਵਾਂ ਚੱਲ ਰਹੀਆਂ ਨੇ ਅਤੇ ਸੰਗਤਾਂ ਦਾ ਵੀ ਬੜਾ ਉਤਸ਼ਾਹ ਵੱਧ ਗਿਆ, ਸੰਗਤਾਂ ਅੱਗੇ ਨਾਲੋਂ ਕਾਫੀ ਬਹੁਤ ਜ਼ਿਆਦਾ।
ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਜੀ ਅਤੇ ਪੰਜਾਬ ਦੇ ਵਿੱਚੋਂ ਵੀ ਸਾਰੇ ਥਾਵਾਂ 'ਤੇ ਸੰਗਤਾਂ ਸਰ ਜੇ ਗੱਲ ਕੀਤੀ ਜਾਵੇ ਕਿਉਂਕਿ ਜਿਹੜਾ ਸ਼ਹਿਰ ਹੈ ਉਜੈਨ ਉਹਨੂੰ ਤਾਂ ਜਾਣਿਆ ਜਾਂਦਾ ਇੱਕ ਤੀਰਥ ਨਗਰੀ ਦੇ ਨਾਮ 'ਤੇ ਜੀ ਕਿਉਂਕਿ ਇੱਥੇ ਹਿੰਦੂ ਦੇਵੀ ਦਾ ਮੰਦਰ ਬਹੁਤ ਹੈ ਪਰ ਜਿਹੜਾ ਕਿਉਂਕਿ ਗੁਰੂ ਸਾਹਿਬ ਇੱਥੇ ਆਏ ਸੀਗੇ ਪਹਿਲੇ ਗੁਰੂ ਸਾਹਿਬ ਸੀ ਉਹ ਇੱਥੇ ਆ ਕੇ ਰਹਿ ਕੇ ਗਏ ਜਿਹੜਾ ਇੱਕ ਰਾਜਾ ਸੀ ਉਹ ਉਹਨਾਂ ਦਾ ਦਾਸ ਬਣਿਆ ਉਹਨਾਂ ਦੇ ਸੱਚ ਦੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਰਾਜਪਾਠ ਤਿਆਰ ਕਰ ਦਿੱਤਾ ਉਹ ਇਤਿਹਾਸ ਨੂੰ ਲੈ ਕੇ ਲੋਕਾਂ ਨੂੰ ਜਾਣਕਾਰੀ ਹੈ ਤਿਆਰ ਕਰ ਇਤਿਹਾਸ ਜੀ ਸਾਹਮਣੇ ਆਪਣੇ ਗੁਰੂ ਸਾਹਿਬ ਦੇ ਥੱਲੇ ਵੀ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਸਾਹਮਣੇ ਆਪਣੇ ਚਰਨ ਗੰਗਾ ਦੇ ਲਾਗੇ ਵੀ ਦੋ ਥਾਂ 'ਤੇ ਲਿਖ ਕੇ ਲਾਇਆ ਹੈ ਉੱਥੋਂ ਸੰਗਤ ਪੜ੍ਹ ਵੀ ਲੈਂਦੀ ਹੈ ਅਤੇ ਕੁਛ ਉਸ ਤਰ੍ਹਾਂ ਇਸ਼ਤਿਹਾਰ ਵੀ ਰੱਖੇ ਨੇ ਅਤੇ ਉਹ ਵੀ ਮਤਲਬ ਉਹਨਾਂ ਤੋਂ ਜਾਣੂ ਹੋਏ ਅਤੇ ਸੰਗਤਾਂ ਜਿਸ ਤਰ੍ਹਾਂ ਇੱਥੇ ਭਾਈ ਸਾਹਿਬ ਆ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਉਹ ਵੀ ਸੰਗਤਾਂ ਨੂੰ ਕਰਦੇ ਨੇ ਅਤੇ ਜਿਹੜੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਦੀ ਇੱਥੇ ਫੈਸਿਲਿਟੀ ਮਿਲਦੀ ਹੈਗੀ ਹੈ ਕਿਉਂਕਿ ਕਹਿ ਰਹੇ ਕਿ ਹੁਣ ਜਦ ਤੋਂ ਦਾਰ ਸੇਵਾ ਸ਼ੁਰੂ ਕੀਤੀ ਗਈ ਉਸ ਦੇ ਬਾਅਦ ਜਿਹੜਾ ਸੰਗਤਾਂ ਦਾ ਆਉਣਾ ਆਇਆ ਔਰ ਸੰਗਤਾਂ ਦਾ ਇਹ ਸੀ ਕਿ ਇੱਥੇ ਅੱਗੇ ਰਹੀਏ ਕਿਵੇਂ ਹੁਣ ਇੱਥੇ ਕਮਰੇ ਬਣਾਏ ਗਏ ਹੋਰ ਵੀ ਕੁਛ ਬਣਾਇਆ ਜਾਂਦਾ ਇੱਥੇ ਵੀ ਜ਼ਿਆਦਾ ਆਪਣੇ ਰਹਿਸ਼ ਦਾ ਹੀ ਪ੍ਰਬੰਧ ਹੋ ਰਿਹਾ ਹੈ ਅੱਗੇ ਕੁੰਭ ਵੀ ਆ ਰਿਹਾ ਹੈ ਅਤੇ ਸੰਗਤਾਂ ਇੱਥੇ ਬਹੁਤ ਜ਼ਿਆਦਾ ਹੁੰਦੀਆਂ ਨੇ ਅਤੇ ਜ਼ਿਆਦਾ ਇਸ ਟਾਈਮ 'ਤੇ ਜੋ ਸੇਵਾਵਾਂ ਚੱਲ ਰਹੀਆਂ ਨੇ ਉਹ ਰਹਿਸ਼ ਦੇ ਪ੍ਰਬੰਧ ਇੱਥੇ ਹੋ ਰਹੇ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਦਾ ਤਾਂ ਚੱਲ ਹੀ ਗਏ ਹਾਂਜੀ ਲੰਗਰ 24 ਘੰਟੇ ਚੱਲਦਾ ਲੰਗਰ 24 ਘੰਟੇ ਚੱਲ ਸੰਗਤ ਤੇ ਜੀ ਕਈ ਵਾਰ ਜੋ ਸਾਹਿਬ ਤੋਂ ਦੋ ਦੋ ਚਾਰ ਚਾਰ ਬੱਸਾਂ ਇਕੱਠੀਆਂ ਵੀ ਆ ਜਾਂਦੀਆਂ ਦੋ ਦੋ ਚਾਰ ਚਾਰ ਪੰਜ ਸੌ ਵੀ ਹਜ਼ਾਰ ਸੰਗਤਾਂ ਕਈ ਵਾਰ ਇਕੱਠੀ ਵੀ ਆ ਜਾਂਦੀ ਹੈ ਜਿਹੜੇ ਇੱਧਰ ਦੇ ਬੇਸਵਾਰੀ ਆ ਉਹ ਵੀ ਕਾਫੀ ਇੱਥੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਇਹ ਜੀ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਸੇਵਾਦਾਰਾਂ ਨੂੰ ਤਾਂ ਇਹੋ ਹੀ ਹੁੰਦਾ ਵੀ ਵੱਧ ਕਿ ਸੰਗਤ ਗੁਰੂ ਘਰ ਆਵੇ ਅਤੇ ਸੇਵਾਵਾਂ ਚੱਲਦੀਆਂ ਰਹਿਣ ਅਤੇ ਗੁਰੂ ਘਰ ਵੇਖੋ ਇਹ ਜੋ ਰੌਣਕ ਹੈ ਉਹ ਸੰਗਤ ਦੇ ਨਾਲ ਹੀ ਜਿਹੜੀ ਕਾਰ ਸੇਵਾ ਚੱਲ ਰਹੀ ਹੈਗੀ ਆ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਾਰ ਸੇਵਾ ਸੰਤ ਮਹਾਂਪੁਰਸ਼ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਤੋਂ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਸੁੱਖਾ ਜੀ ਅਤੇ ਕਾਫੀ ਥਾਵਾਂ 'ਤੇ ਇਸ ਟਾਈਮ 'ਤੇ ਸੇਵਾ ਚੱਲ ਰਹੀ ਆ ਬੜੀ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਮਹਾਰਾਜ ਸੇਵਾ ਲੈ ਰਹੇ ਆ ਅਤੇ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਗੁਰੂ ਮਹਾਰਾਜ ਦੀ ਸਭ ਕਿਰਪਾ ਦੇ ਨਾਲ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਕਿ ਇੱਥੇ ਆਉਣ ਕੇ ਬਾਬਾ ਜੀ ਵੱਲੋਂ ਬੜਾ ਕੋਆਪਰੇਟਿਵ ਕੀਤਾ ਗਿਆ ਕਮਰਾ ਲੰਗਰ ਪਾਣੀ ਦੀ ਸੁਵਿਧਾ ਚਾਹ ਪਾਣੀ ਸੁਵਿਧਾ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਥੇ ਪਾਤਸ਼ਾਹ ਦਾ ਆਪਣਾ ਸਦਾ ਗੁਰਮਾਨ ਆ ਰਿਹਾ ਪਿਛਲੇ ਪਾਸੇ ਸੇਵਾਵਾਂ ਚੱਲ ਰਹੀਆਂ ਵਾ ਅਤੇ ਜਿਹੜਾ ਪਾਣੀ ਦੀ ਮਾਰ ਜਿਹੜੀ ਆ ਨਦੀ ਜਦੋਂ ਚੜ੍ਹਦੀ ਆ ਉਹਨਾਂ ਬੱਚੇ ਉੱਥੇ ਬਹਿ ਕੇ ਕਾਫੀ ਆਨੰਦ ਪ੍ਰਾਪਤ ਕੀਤਾ ਸੰਗਤਾਂ ਦੇ ਨਾਲ ਲੇਬਰ ਕੰਮ ਕਰ ਰਹੀ ਸੀ ਅਤੇ ਬਾਬਾ ਜੀ ਵੀ ਆਪ ਥੱਲੇ ਜਾ ਕੇ ਖਲੋ ਕੇ ਕੰਮ ਦਾ ਮੁਆਇਨਾ ਕਰਵਾ ਰਹੇ ਸੀ ਬੜਾ ਵਧੀਆ ਲੱਗਿਆ ਜੀ ਪਿੱਲਰ ਤਾਂ ਚੁੱਕੇ ਗਏ ਤਾਂ ਤੀਸਰੀ ਮੰਜ਼ਿਲ ਦਾ ਲੈਂਟਰ ਤਿਆਰ ਹੋਣ ਡਿਆ ਵਾ ਬਾਬਾ ਜੀ ਦੀ ਪੱਬੇ ਭੂਰੀ ਵਾਲੇ ਸੰਗਤਾਂ ਦੀਆਂ ਮੇਰਾ ਦਾ ਸਦਕਾ ਅਸੀਸਾਂ ਦਾ ਕਿਵੇਂ ਪਤਾ ਲੱਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਪਤਾ ਲੱਗਾ ਕਿ ਕਿਸੇ ਤੋਂ ਪਤਾ ਚੱਲਿਆ ਜੀ ਮੇਰੇ ਨਾਲ ਭਾਈ ਸਾਹਿਬ ਕਰਿਆ ਸਿੰਘ ਇਹ ਬਾਬਾ ਭੂਰੀ ਵਾਲੇ ਜੀ ਉੱਥੇ ਨਾ ਦਰਾਈ 'ਤੇ ਬਹਿੰਦੇ ਨੇ ਦਰਬਾਰ ਸਾਹਿਬ
ਤੇ ਉਹਨਾਂ ਨੇ ਆਉਣਾ ਇੱਥੇ 12 ਸਾਲ ਪਹਿਲਾਂ ਹੀ ਸੀ ਅਸੀਂ ਜਦੋਂ ਇੱਥੋਂ ਦੀ ਸੇਵਾ ਚਾਲੂ ਪਈ ਅਤੇ ਉਹ ਸਬੱਬ ਹੀ ਨਹੀਂ ਬਣਿਆ ਕਹਿ ਲਓ ਹੁਣ ਵੀ ਸਬੱਬ ਬਣਿਆ ਵੀ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਹੈ ਅਤੇ ਇਮਲੀ ਸਾਹਿਬ ਇਮਲੀ ਕਿਉਂਕਿ ਇਮਲੀ ਦਾ ਰੱਖ ਧੋਣ ਕਰਕੇ ਵੀ ਗੁਰੂ ਮਹਾਰਾਜ ਜੀ ਇੱਥੇ ਆ ਕੇ ਬੈਠੇ ਉਹਨਾਂ ਨੇ ਉਪਦੇਸ਼ ਦਿੱਤਾ ਕਿ ਸੰਗਤ ਨੂੰ ਆਪਾਂ ਜਿਹੜਾ ਕੁੰਭ ਹੈ ਉਹ ਇਸ ਤਰ੍ਹਾਂ ਨਹੀਂ ਦੁਨੀਆ ਨੂੰ ਉਹਨਾਂ ਨੂੰ ਕਿਹਾ ਵੀ ਆਪਣੇ ਧਰਮ ਨਾਲ ਜੁੜੋ ਆਪਣੇ ਈਸਾ ਨਾਲ ਜੁੜੋ ਜਿਹਨੂੰ ਤੁਸੀਂ ਮੰਨਦੇ ਜੇ ਓਮ ਨੂੰ ਮੰਨਦੇ ਓਮ ਨਾਲ ਜੁੜੋ ਨਾ ਕਿ ਇੱਧਰ ਉੱਧਰ ਦੀਆਂ ਭੜਕਣਾਂ 'ਚ ਜੁੜੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਉਦੇਸ਼ ਸੀ ਜਿਹੜਾ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਵਿਚਰਾਇਆ ਸੋ ਬੜਾ ਵਧੀਆ ਲੱਗਾ ਸੰਗਤ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਕਿਹੜੀ ਜਗ੍ਹਾ ਤੋਂ ਆਏ ਅੱਛਾ ਜੀ ਉਜੈਨ ਤੋਂ ਤੁਸੀਂ ਜਿਹੜਾ ਸਿੱਖੀ ਸਰੂਪ ਧਾਰਿਆ ਹੈ ਪਹਿਲਾਂ ਤੁਸੀਂ ਕਿਹੜੇ ਧਰਮ ਦੇ ਨਾਲ ਸੀਗੇ ਪਹਿਲਾਂ ਮੈਂ ਪੰਜਾਬੀ ਸੀ ਲੇਕਿਨ ਅੱਛਾ ਹਾਂ ਬਾਬਾ ਜੀ ਨੇ ਪ੍ਰੇਰਿਤ ਕੀਤਾ ਸੇਵਾ ਕਰਨ ਲੱਗੇ ਅਤੇ ਜੁੜ ਕੇ ਬਾਬਾ ਜੀ ਕਹਿੰਦੇ ਸੀ ਕਿ ਸੇਖ ਸਰ ਜਾਓ ਸੇਖ ਸਰ ਜਾਓ ਅਸੀਂ ਦੋ ਮੁੰਡੇ ਅਤੇ ਸੇਖ ਸਰ ਜਾਓ ਹਾਂ ਦੀਵਾਲੀ ਵਾਲੇ ਦਿਨ ਬੰਦੀ ਛੋੜ ਵਾਲੇ ਅੱਛਾ ਦੋ ਮੁੰਡੇ ਅਸੀਂ ਸੇਖ ਸਰ ਜਾਓ ਦੀ ਅਰਦਾਸ ਕਰਦੇ ਅਤੇ ਹੁਣ ਤੁਸੀਂ ਰੋਜ਼ ਆਉਂਦੇ ਸੇਵਾ ਕਰਨ ਇੱਥੇ ਨਹੀਂ ਅਸੀਂ ਹਰ ਐਤਵਾਰ ਆਉਂਦੇ ਕੰਮ ਦੀ ਛੁੱਟੀ ਹੁੰਦੀ ਅੱਛਾ ਹਰ ਐਤਵਾਰ ਦੀ ਐਤਵਾਰ ਸੇਵਾ ਕਰਦੇ ਸੇਵਾ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਆਨੰਦ ਆਉਂਦਾ ਕੀ ਮੈਸੇਜ ਦੇਣਾ ਚਾਹੋਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਹੈ ਤੁਹਾਨੂੰ ਥੋੜ੍ਹਾ ਥੋੜ੍ਹਾ ਜੀ ਪਤਾ ਜੀ ਬਾਬਾ ਨਾਨਕ ਸਾਡੇ ਪਾਸ ਆਏ ਸੀ ਇਸਦੇ ਚਰਨ ਛੂਹ ਪ੍ਰਾਪਤ ਕਰਕੇ ਜੀ ਅਤੇ ਜਦੋਂ ਇਹ ਗੁਰਦੁਆਰਾ ਸਾਹਿਬ ਪਿਛਲੇ 12 ਸਾਲਾਂ ਤੋਂ ਕਹਿ ਰਹੇ ਕਿ ਜਿਹੜੀ ਕਾਰ ਸੇਵਾ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਤੁਸੀਂ ਆਉਂਦੇ ਸੀ ਗੁਰਦੁਆਰਾ ਸਾਹਿਬ ਉਸ ਤੋਂ ਪਹਿਲਾਂ ਬਹੁਤ ਆਉਂਦੇ ਸੀ ਬਹੁਤ ਗੱਲ ਚੱਕਣ ਲੱਗੇ ਕਾਰ ਸੇਵਾ ਤੋਂ ਬਾਅਦ ਅਸੀਂ ਫਿਰ ਜੋੜੇ ਆਉਂਦੇ ਰਹੇ ਸੰਡੇ ਸੰਡੇ ਆਉਂਦੇ ਰਹੇ ਡੇਲੀ ਵੀ ਆਉਂਦੇ ਜਾਂ ਛੁੱਟੀ ਹੁੰਦੀ ਕੰਮ ਦੀ ਜਿਹੜੀ ਆ ਜਾਂਦੀ ਅੱਛਾ ਜੁੜ ਜਾਂਦੇ ਆ ਅੱਛਾ ਅਤੇ ਇੱਥੇ ਆ ਕੇ ਫਿਰ ਸੇਵਾ ਵੀ ਕਰਦੇ ਹੋ ਅਤੇ ਪ੍ਰਸ਼ਾਦਾ ਵੀ ਛਕਦੇ ਹੋ ਅੱਜ ਸੇਵਾ ਕਰਨਾ ਪ੍ਰਸ਼ਾਦਾ ਵੀ ਛਕਦੇ ਹਾਂ ਕਿੰਨੀ ਕੁ ਸੰਗਤ ਆਉਂਦੀ ਰੋਜ਼ ਇੱਥੇ ਰੋਜ਼ ਅੰਦਾਜ਼ ਨਾਲ ਹਜ਼ਾਰਾਂ ਸੰਗਤ ਆਉਂਦੀ ਹਾਂ ਅਤੇ ਲੰਗਰ ਦਿਨ ਰਾਤ ਚੱਲ ਲੰਗਰ 24 ਘੰਟੇ ਚੱਲਦਾ ਜੀ 10 ਵਜੇ ਤੱਕ ਚੱਲਦਾ ਰਾਤੀ ਅਤੇ ਹੋਰ ਇੱਥੇ ਜਿਹੜੇ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਦੀ ਹੋਰ ਫੈਸਿਲਿਟੀ ਮਿਲਦੀ ਹੈ ਇੱਥੇ ਸੰਗਤਾਂ ਨੂੰ ਰਹਿਣ ਵਾਸਤੇ ਰਿਹਾਇਸ਼ ਵੀ ਮਿਲਦੀ ਹੈ ਲੰਗਰ ਵੀ ਮਿਲਦਾ ਚਾਹ ਪਾਣੀ ਵੀ ਮਿਲਦੀ ਹੈ ਨਾਲ ਹਿੰਦੂ ਮੰਦਰ ਵੀ ਉਹ ਤੋਂ ਸੰਗਤਾਂ ਵੀ ਆਉਂਦੀਆਂ ਨਾਲ ਵੀ ਰਿਹਾਇਸ਼ ਵਗੈਰਾ ਬਹੁਤ ਸੌਖਾ ਕੰਮ ਹੋ ਜਾਂਦਾ ਅੱਛਾ ਇੱਥੇ ਆ ਕੇ ਨਾ ਪੈਸੇ ਨਹੀਂ ਲੱਗਦੇ ਚਾਹ ਦੇ ਪਾਣੀ ਦੇ ਕਿਉਂਕਿ ਇੱਥੇ ਆਰ ਓ ਲੱਗੇ ਤੇ ਆਰ ਓ ਦਾ ਪਾਣੀ ਮਿਲ ਜਾਂਦਾ ਚਾਹ ਦੇ ਮੇਨ ਹੁੰਦਾ ਬੰਦਾ ਬਾਹਰ ਆ ਕੇ ਨਾ ਉਹਨੂੰ ਮਿਲਦਾ ਪਾਣੀ ਪਾਣੀ ਦਾ ਬਦਲਾਅ ਹੁੰਦਾ ਅਤੇ ਬੰਦਾ ਹੀ ਕਰਦਾ ਬਿਸਲੇਰੀ ਖਰੀਦਦਾ ਬਿਸਲੇਰੀ ਖਰੀਦ ਕੇ ਪੀਂਦਾ ਅਤੇ ਸਭ ਤੋਂ ਇੱਥੇ ਆ ਕੇ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਕਿ ਇੱਥੇ ਆਰ ਓ ਲੱਗੇ ਤੇ ਆ ਪਾਣੀ ਖਰੀਦਣ ਦੀ ਲੋੜ ਨਹੀਂ ਪੈਂਦੀ ਆਰ ਓ ਦਾ ਪਾਣੀ ਉਹਦੇ ਬਾਅਦ ਦੂਜੀ ਗੱਲ ਤੇ ਚਾਹ ਦਾ ਬੰਦੇ ਨੂੰ ਬੜਾ ਦਿੰਦਾ ਅਤੇ ਚਾਹ ਬੰਦਾ ਬਾਹਰ ਪੀਂਦਾ 10-15 ਰੁਪਏ ਦੀ ਇੱਕ ਚਾਹ ਔਰ ਚਾਹ ਦਾ ਬੜਾ ਜ਼ਿਆਦਾ ਖਰਚਾ ਹੋ ਜਾਂਦਾ ਦੂਸਰਾ ਸੁਵਿਧਾ ਇੱਥੇ ਕੀ ਤੀਸਰੀ ਸੁਵਿਧਾ ਹੈ ਕਿ ਬਾਹਰ ਆ ਕੇ ਬੰਦੇ ਨੂੰ ਨਾ ਕਿੰਨੇ ਵਜੇ ਇੱਕ ਰਹਿਣ ਦੀ ਔਰ ਇੱਕ ਖਾਣ ਦੀ ਦੋ ਚੀਜ਼ਾਂ ਦੀ ਲੋੜ ਪੈਂਦੀ ਰਹਿਣ ਵਾਸਤੇ ਆਪਣਾ ਕਮਰਾ ਦੇਖਦਾ ਜਦੋਂ ਕਮਰਾ ਮਿਲ ਜਾਏ ਹੋ ਗਈ ਜੀ ਕਮਰਾ ਇੱਥੇ ਮਿਲ ਜਾਂਦਾ ਰਿਹਾ ਜਿੱਥੇ ਬੰਨੀ ਦੀ ਦੇਖੋ ਗੁਰੂ ਘਰ ਸਰਾਵਾਂ ਹੁੰਦੀਆਂ ਜੀ ਇੱਥੇ ਬੰਨੀ ਦੀ ਇੱਥੇ ਰਹਿਣ ਨੂੰ ਮਿਲ ਜਾਂਦਾ ਦੂਸਰੀ ਗੱਲ ਕਿ ਇੱਥੇ ਲੰਗਰ 24 ਘੰਟੇ ਚੱਲਦਾ ਲੰਗਰ ਕਿਸੇ ਵੀ ਟਾਈਮ 'ਤੇ ਸੰਗਤ ਆਪਣਾ ਜੋ ਬਾਹਰੋਂ ਆਉਂਦੇ ਨੇ ਉਹ ਮੰਦਰ ਮੁੰਦਰ ਘੁੰਮ ਘਾਮ ਕੇ ਆਉਂਦੇ ਆ ਆ ਕੇ ਫਿਰ ਉਹਨਾਂ ਨੂੰ ਲੰਗਰ ਇੱਥੇ ਮਿਲ ਜਾਂਦਾ ਕੋਈ ਵੀ ਟਾਈਮ ਦੇ ਕਿਸੇ ਵੀ ਟਾਈਮ 'ਤੇ ਲੰਗਰ ਔਰ ਚਾਹ ਕਿਸੇ ਵੀ ਟਾਈਮ 'ਤੇ ਜੇ ਕੋਈ ਫਰਮਾਇਸ਼ ਵੀ ਕਰਦਾ ਕਿ ਬਾਬਾ ਜੀ ਨੂੰ ਕਹਿੰਦਾ ਕਿ ਬਾਬਾ ਜੀ ਅਸੀਂ ਬਈ ਬੱਚੇ ਹੈਗੇ ਨੇ ਸਾਨੂੰ ਦੁੱਧ ਗਰਮ ਕਰਕੇ ਦਿਓ
ਤੇ ਉਹਨਾਂ ਦੀ ਫਰਮਾਇਸ਼ ਉਹ ਵੀ ਪੂਰੀ ਹੋ ਜਾਂਦੀ, ਦੁੱਧ ਵੀ ਦਿੱਤਾ ਜਾਂਦਾ। ਜੇ ਕਈ ਜਿਸ ਤਰ੍ਹਾਂ ਚਾਹ ਨਹੀਂ ਪੀਂਦੇ, ਆਪਣੇ ਚਾਹ ਨਹੀਂ ਪੀਂਦੇ, ਸਾਸੀ ਕਾਫੀ ਬਣਵਾ ਕੇ ਬਾਬਾ ਜੀ ਉਹ ਕਾਫੀ ਬਣਵਾ ਕੇ ਦਿੰਦੇ ਨੇ। ਇਹਨੇ ਇਹ ਵੀ ਲੈ ਦੇ ਕੇ ਇੱਥੇ ਸੇਵਾ ਹੀ ਸਭ ਕੁਛ ਹੈ, ਸੇਵਾ ਹੀ ਵੀ ਸੰਗਤ ਆਈ ਹੈ, ਸੰਗਤ ਨੂੰ ਗੁਰੂ ਰੂਪ ਸਮਝ ਕੇ ਉਹਦੀ ਪੂਰੀ ਸੇਵਾ ਕੀਤੀ ਜਾਂਦੀ। ਅਤੇ ਕਿਸੇ ਵੀ ਰੂਪ ਵਿੱਚ ਆਇਆ ਉਹ ਕਿਸੇ ਵੀ ਧਰਮ ਦਾ, ਧਰਮ ਨਹੀਂ ਪੁੱਛਿਆ ਜਾਂਦਾ, ਬਸ ਉਸ ਤਰ੍ਹਾਂ ਪੁੱਛਿਆ ਜਾਂਦਾ ਕਿੰਨੇ ਦਿਨ ਤੱਕ ਤੁਸੀਂ ਰੁਕੋਗੇ ਅਤੇ ਬਈ ਬਸ ਹੋਰ ਕੋਈ ਦੂਜੀ ਗੱਲ ਨਹੀਂ। ਕੀ ਨਾਮ ਤੁਹਾਡਾ? ਹਰਜੀਤ ਸਿੰਘ। ਕਿਹੜੀ ਜਗ੍ਹਾ ਤੋਂ ਰਹਿਣ ਵਾਲੇ? ਉਜੈਨ ਦੇ ਰਹਿਣ ਵਾਲੇ ਹਾਂ, ਲੋਕਲ ਹਾਂ ਇੱਥੋਂ ਦੀ, ਔਰ ਕਾਫੀ ਸਮੇਂ ਤੋਂ ਬਾਬਾ ਜੀ ਨਾਲ ਜੁੜੇ ਦੇ, ਔਰ ਕਾਰ ਸੇਵਾ 'ਚ ਬਾਬਾ ਜੀ ਅਸੀਂ ਨਹੀਂ ਆਉਂਦੇ ਤੇ ਬਾਬਾ ਜੀ ਫੋਨ ਲਾ ਕੇ ਸਾਨੂੰ ਬੁਲਾ ਲੈਂਦੇ ਬਈ ਆਓ ਜੀ ਆਓ ਤੇ ਸੇਵਾ ਹੈਗੀ ਅਤੇ ਜੇ ਬਾਬਾ ਜੀ ਨਾਲ ਬੜਾ ਪਿਆਰ ਹੈਗਾ ਹੈ, ਔਰ ਅਸੀਂ ਬੜਾ ਸ਼ੁਕਰਾਨਾ ਕਰਦੇ ਹਾਂ ਪੂਰੀ ਵਾਲੇ ਬਾਬਾ ਜੀ ਦਾ ਜਿਨ੍ਹਾਂ ਨੇ ਇੱਥੇ ਕਾਰ ਸੇਵਾ ਚਲਾਈ ਔਰ ਉਜੈਨ ਦੀ ਸੰਗਤ ਨੂੰ ਆਪਣੇ ਗੁਰੂ ਸਾਡੇ ਨਾਲ ਲਾ ਲਿਆ। ਔਰ ਤੁਸੀਂ ਵੇਖਿਆ ਵੀ ਕਿ ਸਾਰੇ ਸਾਰੀ ਤੋਂ ਸਿੱਖ ਸੱਜੇ ਆ ਮੁੰਡੇ, ਇਹਨੇ ਕਿਰਪਾ ਹੀ ਹੈਗੀ ਗੁਰੂ ਮਹਾਰਾਜ ਦੀ, ਹੋਰ ਕੀ ਹੈਗਾ। ਅਤੇ ਇਹ ਹੀ ਕਹਿ ਰਿਹਾ ਸਾਰਾ ਕਿ ਕਿਰਪਾ ਅਤੇ ਗੁਰੂ ਸਾਹਿਬ ਦੇ ਪੂਰੇ ਵਾਲੇ ਬਾਬਾ ਜੀ ਦੇ ਉੱਪਰ ਹੈਗੀ ਜਿਨ੍ਹਾਂ ਨੇ ਸੰਗਤ ਨੇ ਇੰਨਾ ਵੱਡਾ ਉਪਯੋਗ ਕੀਤਾ, ਇੰਨਾ ਵੱਡਾ ਉਹਨਾਂ ਨੇ ਸੇਵਾ ਚਲਾਈ ਔਰ ਸਭ ਵਾਸਤੇ ਤੁਸੀਂ ਵੇਖ ਹੀ ਰਹੇ ਹੋ ਬਾਕੀ। ਕੀ ਨਾਮ ਹੈ ਜੀ ਤੁਹਾਡਾ? ਜਤਿੰਦਰ ਸਿੰਘ। ਜਤਿੰਦਰ ਜੀ, ਇੱਥੇ ਆਏ ਹੋ ਤੁਸੀਂ? ਹਾਂਜੀ, ਲੰਗਰ ਪਾਣੀ ਦੀ ਪ੍ਰਸ਼ਾਦਾ ਵੀ ਲਿਆ ਇੱਥੇ ਆ ਕੇ, ਅਤੇ ਇਸ ਗੁਰਦੁਆਰੇ ਬਾਰੇ ਤੁਹਾਨੂੰ ਇਤਿਹਾਸ ਬਾਰੇ ਪਤਾ? ਅਤੇ ਹੁਣ ਤੁਸੀਂ ਆਏ ਹੋ, ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇੱਥੇ? ਅਤੇ ਇੱਥੇ ਕਿਵੇਂ ਦੀ ਤੁਹਾਨੂੰ ਜਿਹੜੀ ਸੁਵਿਧਾਵਾਂ ਮਿਲਦੀਆਂ ਨੇ? ਬੜੀ ਵਧੀਆ ਸੁਵਿਧਾ ਮਿਲ ਰਹੀ, ਲੰਗਰ ਚਾਹ ਪਾਣੀ ਸਭ ਸੁਵਿਧਾ ਮਿਲ ਰਹੀ ਹੈ। ਅਤੇ ਖਾ ਜੀ ਗੱਲ ਰਹਿਣ ਪਾਣ ਦੀ ਕੀਤੀ ਜਾਵੇ? ਨਹੀਂ, ਹੁਣ ਜਿੱਦਾਂ ਸੰਗਤਾਂ ਕਿ ਉਹਨਾਂ ਨੂੰ ਇੱਥੇ ਰੂਮ ਦਿੱਤੇ ਜਾ ਰਹੇ ਨੇ, ਸਰਾਵਾਂ ਨੇ, ਅਤੇ ਉਹਦਾ ਤਾਂ ਇੱਥੇ ਆ ਕੇ ਕਿਉਂਕਿ ਜਦੋਂ ਇੱਥੇ ਰਸ਼ ਜ਼ਿਆਦਾ ਵੱਧ ਜਾਂਦਾ ਅਤੇ ਲੋਕ ਇੱਧਰ ਆਉਂਦੇ ਨੇ ਗੁਰਦੁਆਰਾ ਸਾਹਿਬ, ਅਤੇ ਉਦੋਂ ਕੋਈ ਦਿੱਕਤ ਤਾਂ ਨਹੀਂ ਹੁੰਦੀ? ਪਰੇਸ਼ਾਨੀ ਤਾਂ ਨਹੀਂ? ਕੋਈ ਪਰੇਸ਼ਾਨੀ ਨਹੀਂ। ਅਤੇ ਜਦੋਂ ਇੱਥੇ ਕਿੰਨੀ ਕੁ ਸੰਗਤ ਆਉਂਦੀ ਹੈ ਰੋਜ਼ ਤੁਹਾਨੂੰ ਪਤਾ? ਕਾਫੀ ਸੰਗਤ ਆਉਂਦੀ ਹੈ, ਕੋਈ ਦਿੱਕਤ ਨਹੀਂ ਆ। ਅੱਛਾ, ਅਤੇ 24 ਘੰਟੇ ਲੰਗਰ ਪਾਣੀ ਚੱਲਦਾ? 24 ਘੰਟੇ ਚੱਲਦਾ। ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆਵਾਂ ਤਾਂ ਨਹੀਂ? ਕੋਈ ਸਮੱਸਿਆ ਨਹੀਂ ਆਉਂਦੀ ਜੀ, ਕੋਈ ਸਮੱਸਿਆ।